ਸਬਸਕ੍ਰਾਈਬ ਦ ਚੈਨਲ ਐਂਡ ਪ੍ਰੈਸ ਦ ਬੈਲ ਨੋਟੀਫਿਕੇਸ਼ਨ ਆਈਕਨ। ਸੁਨਾਮ ਦੇ ਪਿੰਡ ਭਗਵਾਨਪੁਰਾ ਵਿੱਚ 2 ਸਾਲ ਦੇ ਮਾਸੂਮ ਫਤਿਹਵੀਰ ਸਿੰਘ ਨੂੰ ਬੋਰਵੈਲ ਵਿੱਚੋਂ ਕੱਢਣ ਦੇ ਬਚਾਅ ਕਾਰਜ 4 ਦਿਨ ਵੀ ਜਾਰੀ ਹਨ। ਅੱਜ ਸਵੇਰੇ ਪਾਈਪ ਟੇਢੇ ਹੋਣ ਕਰਕੇ ਬਚਾਅ ਕਾਰਜ ਰੋਕਣੇ ਪਏ। ਦਰਅਸਲ ਜਿਸ ਲੋਹੇ ਦੇ ਆਧਾਰ ਤੇ ਸੀਮੈਂਟ ਦੀਆਂ ਪਾਈਪਾਂ ਰੱਖੀਆਂ ਜਾ ਰਹੀਆਂ ਸੀ ਉਹ ਆਪਣੀ ਥਾਂ ਤੋਂ ਖਿਸਕ ਗਿਆ। ਕਰੀਬ ਘੰਟੇ ਦੀ ਮਸ਼ਕਤ ਪਿੱਛੋਂ ਬਚਾਅ ਕਾਰਜ ਦੁਬਾਰਾ ਆਰੰਭੇ ਗਏ। ਸਰਕਾਰ ਦੇ ਢਿੱਲ ਦੇ ਰਵੱਈਏ ਦੇ ਚੱਲਦਿਆਂ 4 ਦਿਨਾਂ ਬਾਅਦ ਵੀ ਹਾਲੇ ਤੱਕ ਬਚਾਅ ਟੀਮ ਬੱਚੇ ਤੱਕ ਨਹੀਂ ਪਹੁੰਚ ਸਕੀ। ਦੱਸ ਦਈਏ ਵੀਰਵਾਰ ਦੁਪਹਿਰ 4:30 ਵਜੇ ਬੱਚਾ ਬੋਰਵੈਲ ਵਿੱਚ ਡਿੱਗਿਆ ਸੀ, ਜਿਸ ਮਗਰੋਂ 5 ਵਜੇ ਲੋਕਲ ਪ੍ਰਸ਼ਾਸਨ ਨੇ ਬਚਾਅ ਕਾਰਜ ਆਰੰਭੇ ਸੀ। ਕਰੀਬ 7 ਵਜੇ NDRF ਦੀ ਟੀਮ ਬੁਲਾਈ ਗਈ। ਉਹਨਾਂ ਆ ਕੇ ਬੋਰਵੈਲ ਦਾ ਨਿਰੀਖਣ ਕੀਤਾ। ਉਸ ਤੋਂ ਬਾਅਦ ਉਸੇ ਬੋਰ ਦੇ ਬਰਾਬਰ ਇੱਕ ਨਵਾਂ ਬੋਰ ਕਰਨਾ ਆਰੰਭਿਆ ਗਿਆ। ਸ਼ੁੱਕਰਵਾਰ ਸਵੇਰੇ CCTV ਫੁਟੇਜ ਰਾਹੀਂ ਬੱਚੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਸੀ, ਜਿਸ ਵਿੱਚ ਉਸਦੇ ਹੱਥਾਂ ਦੀ ਹਰਕਤ ਦੇਖੀ ਗਈ ਸੀ। ਸ਼ਨੀਵਾਰ ਨੂੰ CCTV ਫੁਟੇਜ ਵਿੱਚ ਬੱਚੇ ਦੇ ਹੱਥਾਂ ਤੇ ਸੋਜਿਸ਼ ਨਜ਼ਰ ਆਈ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਅੰਦਾਜ਼ਾ ਲਾਇਆ ਸੀ ਕਿ ਬੱਚਾ ਸਹੀ ਸਲਾਮਤ ਹੈ। ਹਾਲਾਂਕਿ ਬਾਅਦ ਵਿੱਚ ਸੋਜਿਸ਼ ਘਟਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਕਿਉਂਕਿ ਖੁਦਾਈ ਹੱਥਾਂ ਨਾਲ ਕੀਤੀ ਜਾ ਰਹੀ ਸੀ, ਇਸ ਲਈ ਬਚਾਅ ਕਾਰਜ ਧੀਮੇ ਚੱਲਦੇ ਰਹੇ। ਮਾਸੂਮ ਬੱਚੇ ਦੀ ਮਦਦ ਲਈ ਸਰਕਾਰ ਵੱਲੋਂ ਕੋਈ ਮਦਦ ਨਹੀਂ ਆਈ। ਮਹਿਜ ਸਰਕਾਰ ਦੇ ਮੰਤਰੀ ਵਿਜੇਂਦਰ ਸਿੰਗਲਾ ਇੰਨਾ ਭਰੋਸਾ ਦੇ ਗਏ ਕਿ ਬੱਚੇ ਦੇ ਨਿਕਲਣ ਬਾਅਦ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾਏਗੀ। ਹੁਣ 2-4 ਘੰਟਿਆਂ ਤੱਕ ਫਤਿਹਵੀਰ ਦੇ ਬਾਹਰ ਨਿਕਲਣ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਨੇ। ਸਾਰਾ ਦੇਸ਼ ਫਤਿਹਵੀਰ ਦੀ ਸਲਾਮਤੀ ਲਈ ਅਰਦਾਸਾਂ ਕਰ ਰਿਹਾ ਹੈ। ਸਟਾਰ ਕੈਨੇਡਾ TV ਲਈ ਨਿਊਜ਼ ਡੈਸਕ ਤੋਂ ਵੀਰਪਾਲ ਸ਼ੇਰਗਿੱਲ ਦੇ ਨਾਲ ਬਿਊਰੋ ਰਿਪੋਰਟ।